ਇੱਕ ਮੈਂਬਰ ਪਾਰਲੀਮੈਂਟ ਜਿਤਾ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੋਈਆਂ ਨੇ ਕਿਉਂ ਰਿਹਾ ਹੋ ਜਾਣਗੇ ਤਕਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਨੇ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ ਵਿੱਚ ਕਦੋਂ-ਕਦੋਂ ਜਿਹੜੀਆਂ ਉਹ ਲਾਸ਼ਾਂ ਦੇ ਉੱਤੇ ਜਿਹੜੀ ਸਿਆਸਤ ਹੋਈ ਹੈ ਪਾਤਰ ਸਾਹਿਬ ਦੀ ਇੱਕ ਕਵਿਤਾ ਹੈ ਕਿ ਤੁਸੀਂ ਵੋਟਾਂ ਗਿਣੋ ਮੈਂ ਲਾਸ਼ਾਂ ਗਿਣਦਾ ਇਹਨਾਂ ਸੰਗਰੂਰ ਦੀ ਜਿਹੜੀ ਲੋਕ ਸਭਾ ਦੀ ਚੋਣ ਹੋ ਰਹੀ ਆ ਜ਼ਿਮਨੀ ਦੀ ਉਹਦੇ ਵਿੱਚ ਤੁਸੀਂ ਕੁਝ ਚੀਜ਼ਾਂ ਜਿਹੜੀਆਂ ਉਹ ਇਸ ਪੱਖੋਂ ਮਹਿਸੂਸ ਕਰੋਗੇ ਕਿ ਇਹ ਲੋਕ ਕੀ ਸਮਝਦੇ ਆ ਕਿ ਪੰਜਾਬ ਦੇ ਲੋਕ ਪਾਗਲ ਨੇ ਪੰਜਾਬ ਦੇ ਲੋਕਾਂ ਨੂੰ ਕੋਈ ਸਮਝ ਨਹੀਂ ਜੋ ਇਹ ਕਹਿ ਰਹੇ ਨੇ ਉਹ ਠੀਕ ਹੈ ਲਾਅ ਐਂਡ ਆਰਡਰ ਦਾ ਤੁਸੀਂ ਜ਼ਿਕਰ ਕੀਤਾ ਦੋ ਕਤਲ ਦੇਖੋ ਅੰਮ੍ਰਿਤਸਰ ਦੇ ਵਿੱਚ ਹੋਇਆ ਕਤਲ ਉਹ ਜਿਹੜੀ ਔਰਤ ਹੈ ਉਹਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹਸਬੰਡ ਦਾ ਮਰਡਰ ਕਰਵਾ ਦਿੱਤਾ ਇਸੇ ਤਰੀਕੇ ਦੀ ਵਾਰਦਾਤ ਪਟਿਆਲੇ ਦੇ ਵਿੱਚ ਵੀ ਵਾਪਰੀ। ਪਟਿਆਲੇ ਦੇ ਵਿੱਚ ਵੀ ਉਸ ਔਰਤ ਨੇ ਇਹ ਇੱਕ ਔਰਤ ਨੇ ਆਪਣੇ ਜਿਹੜਾ ਪ੍ਰੇਮੀ ਸੀ ਉਹਦੇ ਨਾਲ ਮਿਲ ਕੇ ਆਪਣੇ ਹਸਬੈਂਡ ਦਾ ਮਰਡਰ ਕਰਵਾਤਾ ਔਰ ਉਹਨਾਂ ਨੇ ਦੱਬ ਦਿੱਤਾ ਉਹਨੂੰ ਮਾਰ ਕੇ। ਉਹਦੀ লাশ ਵਗੈਰਾ ਹੁਣ ਬਰਾਮਦ ਜਿਹੜੀ ਉਹੋ ਹੀ ਆ। ਖੈਰ ਆਪਣਾ ਵਿਸ਼ਾ ਇਹ ਨਹੀਂ ਕਰ ਕਿ ਇਹ ਕਿਉਂ ਹੋ ਰਿਹਾ। ਇਹ ਰਿਸ਼ਤਿਆਂ ਦਾ ਘਾਣ ਜਿਹੜਾ ਉਹ ਕੁਝ ਪੰਜਾਬ ਦੇ ਵਿੱਚ ਲੋੜੋਂ ਵੱਧ ਹੋ ਰਿਹਾ। ਇਹ ਵੀ ਇੱਕ ਨਵਾਨਾਂ ਵਾਲੇ ਪਾਸੇ ਨੂੰ ਆ ਆਪਾਂ ਗੱਲ ਜਿਹੜੀ ਉਹ ਸਿਆਸਤ ਤੇ ਕਰਨੀ ਹੈ ਅਕਾਲੀ ਦਲ ਬਾਦਲ ਜਿਹੜਾ ਇਸ ਵੇਲੇ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਚੋਣ ਲੜ ਰਿਹਾ ਉਹਨੇ ਆਪਣੀਆਂ ਫੋਟੋਆਂ ਜਿਹੜੀਆਂ ਨੇ ਉਹ ਪੋਸਟਰ ਤੋਂ ਲਾਂਬੇ ਕੀਤੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਵੋਟ ਉਹਨਾਂ ਦੇ ਪੋਸਟਰ ਵੇਖ ਕੇ ਪੈਣੀ ਨਹੀਂ ਤੇ ਉਹ ਇਹ ਇਹ ਵੋਟ ਜਿਹੜੀ ਮੰਗ ਰਹੇ ਆ ਕਮਲਜੀਤ ਕੌਰ ਹੋਰਾਂ ਦੇ ਨਾਮ ਤੇ ਮੰਗ ਰਹੀ ਹੈ ਤੇ ਨਾਲ ਉਹਨਾਂ ਨੇ ਫੋਟੋ ਲਾਈ ਹੈ ਬਲਵੰਤ ਸਿੰਘ ਰਾਜਵਾਨਾ ਦੀ ਕਮਲਜੀਤ ਕੌਰ ਨੇ 2014 ਦੀ ਚੋਣ ਆਜ਼ਾਦ ਤੌਰ ਦੇ ਉੱਤੇ ਪਟਿਆਲੇ ਤੋਂ ਲੜੀ ਸੀ ਔਰ ਪਟਿਆਲੇ ਤੋਂ ਉਹਨੂੰ 13 ਕੁ ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸੀ ਬਲਵੰਤ ਸਿੰਘ ਰਾਜਵਾਨਾ ਉਦੋਂ ਵੀ ਜੇਲ੍ਹ ਦੇ ਵਿੱਚ ਸੀ ਅਕਾਲੀ ਦਲ ਬਾਦਲ ਨੇ ਉਦੋਂ ਇਥੇ ਕੈਂਡੀਡੇਟ ਖੜਾ ਕੀਤਾ ਸੀ ਉਦੋਂ ਕੁਰਬਾਨੀ ਨਹੀਂ ਦਿੱਤੀ ਅੱਜ ਕਹਿੰਦੇ ਆ ਕਿ ਉਹਦੀ ਕੁਰਬਾਨੀ ਬਹੁਤ ਹੈ ਇਸ ਕਰਕੇ ਇਸ ਵਾਰੀ ਵੋਟਾਂ ਬੰਦੀ ਸਿੰਘਾ ਦੇ ਨਾਮ ਤੇ ਪਾ ਦਿਓ 14 ਦੇ ਵਿੱਚ ਤਾਂ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਸੈਂਟਰ ਦੇ ਵਿੱਚ ਇਹਨਾਂ ਦੀ ਸਰਕਾਰ ਆ ਗਈ ਕੋਈ ਇੱਕ ਸਿੰਗਲ ਮੀਟਿੰਗ ਦੱਸ ਦਿਓ ਸਿਮਰਨਜੀਤ ਸਿੰਘ ਮਾਨਹੋਰਾ ਨੇ ਸੁਖਵੀਰ ਸਿੰਘ ਬਾਦਲਹੋਰਾ ਨੇ ਇਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਕੀਤੀ ਹੋਵੇ ਕੋਈ ਰਾਸ਼ਟਰਪਤੀ ਦੇ ਨਾਲ ਕੀਤੀ ਹੋਵੇ ਕੋਈ ਸਮਾਂ ਮੰਗਿਆ ਹੋਵੇ ਕੋਈ ਗ੍ਰਹਿ ਮੰਤਰੀ ਦੇ ਨਾਲ ਕੀਤੀ ਹੋਵੇ ਕਿਸੇ ਸੂਬੇ ਦੇ ਉਸ ਮੁੱਖ ਮੰਤਰੀ ਦੇ ਨਾਲ ਕੀਤੀ ਹੋਵੇ ਜਿੱਥੇ ਇਹ ਲੋਕ ਕੈਦ ਨੇ ਇੱਕ ਸਿੰਗਲ ਮੀਟਿੰਗ ਇਹਨਾਂ ਨੇ ਕਦੀ ਆਵਾਜ਼ ਨਹੀਂ ਉਠਾਈ ਸੱਤਾ ਦੇ ਵਿੱਚ ਰਹਿੰਦੇ ਆ ਅੱਜ ਇਹਨਾਂ ਨੂੰ ਇੱਕਦਮ ਚੇਤਾ ਆਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਂ ਦੇ ਉੱਤੇ ਵੋਟਾਂ ਪੈ ਸਕਦੀਆਂ ਨੇ ਪਹਿਲਾਂ 11 ਮੈਂਬਰੀ ਕਮੇਟੀ ਬਣਾ ਕੇ ਜੋ ਕੁਝ ਇਹਨਾਂ ਨੇ ਰੰਗ ਲਾਏ ਨੇ ਉਹ ਸਭ ਦੇ ਸਾਹਮਣੇ ਨੇ ਹੁਣ ਇਹ ਬੰਦੀ ਸਿੰਘਾਂ ਦੇ ਮਾਮਲੇ ਦੇ ਉੱਤੇ ਵੋਟਾਂ ਮੰਗਣ ਦੇ ਚੱਕਰ ਦੇ ਵਿੱਚ ਨੇ ਸਵਾਲ ਇਹ ਆ ਕਿ ਕੀ ਇੱਕ ਮੈਂਬਰ ਪਾਰਲੀਮੈਂਟ ਜਿਤਾ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੋਈਆਂ ਨੇ ਕਿਉਂ ਰਿਹਾਅ ਹੋ ਜਾਣਗੇ ਜੇ ਰਿਹਾਅ ਹੋ ਸਕਦੇ ਨੇ ਤੇ ਸੁਖਵੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਨੇ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਇਹਨਾਂ ਦੇ ਬਾਕੀ ਮੈਂਬਰ ਰਣਜੀਤ ਸਿੰਘ ਬ੍ਰਹਮਪਰਾ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਮੈਂਬਰ ਪਾਰਲੀਮੈਂਟ ਰਹੇ ਨੇ ਰਾਜ ਸਭਾ ਦੇ ਮੈਂਬਰ ਇਹਨਾਂ ਦੇ ਰਹੇ ਨੇ ਗੁਜਰਾਲ ਸਾਹਿਬ ਰਹੇ ਨੇ ਭੁੰਦਰ ਸਾਹਿਬ ਰਹੇ ਨੇ ਢੀਂਡਸਾ ਸਾਹਿਬ ਰਹੇ ਨੇ ਉਹਨਾਂ ਤਾਂ ਕਦੀ ਇਹ ਮੁੱਦਾ ਨਹੀਂ ਉਠਾਇਆ ਉਹ ਇਹਨਾਂ ਦੇ ਵਿੱਚੋਂ ਹੀ ਸੀ ਜਾਂ ਪਹਿਲਾਂ ਮੁੱਦਾ ਭੁੱਲਿਆ ਹੋਇਆ ਸੀ ਕਾਂਗਰਸ ਦੀ ਹਾਲਤ ਉਦੋਂ ਜ਼ਿਆਦਾ ਪਤਲੀ ਹੈ ਪਹਿਲਾਂ ਤਾਂ ਇਹਨਾਂ ਨੇ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਕਰ ਦਿੱਤਾ ਕਿ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਬਲਕੌਰ ਸਿੰਘ ਨੇ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਕਹਿੰਦੇ ਕੋਰ ਕਮੇਟੀ ਨੇ ਪਾਸ ਕਰਤਾ ਕਿ ਸੰਗਰੂਰ ਤੋਂ ਉਹ ਚੋਣ ਲੜਨਗੇ ਬਲਕੌਰ ਸਿੰਘ ਹੋਰਾਂ ਦੀ ਸਿਆਣਪ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਪੁੱਤ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ ਮੈਨੂੰ ਚੋਣਾ ਥੋੜੀ ਸੁਝਦਿਆਂ ਨੇ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ 8 ਤਰੀਕ ਨੂੰ ਸਿੱਧੂ ਮੂਸੇਵਾਲੇ ਦਾ ਭੋਗ ਸੀ 6 ਤਰੀਕ ਲਾਸਟ ਸੀ ਨੋਮੀਨੇਸ਼ਨ ਭਰਨ ਦੀ ਇਹਨਾਂ ਦਾ ਵਾਸ ਚੱਲਦਾ ਤੇ ਇਹ 6 ਤਰੀਕ ਨੂੰ ਭੋਗ ਤੋਂ ਪਹਿਲਾਂ ਨੋਮੀਨੇਸ਼ਨ ਭਰਉਣ ਦੇ ਵਾਸਤੇ ਤਿਆਰ ਸਨ ਉਹ ਇੱਕ ਬਹੁਤ ਨਿੰਦਣਯੋਗ ਕਤਲ ਹੋਇਆ ਔਰ ਮੈਨੂੰ ਨਹੀਂ ਲੱਗਦਾ ਕੋਈ ਵੀ ਇਸ ਤਰ੍ਹਾਂ ਦਾ ਵਿਅਕਤੀ ਹੋਊਗਾ ਜਿਹਨੂੰ ਉਸ ਕਤਲ ਨੇ ਉਦਾਸ ਨਹੀਂ ਕੀਤਾ ਗੈਂਗਸਟਰ ਨੂੰ ਛੱਡ ਕੇ ਬਾਕੀਆਂ ਨੂੰ ਜਿਹੜਾ ਸਭ ਨੂੰ ਉਦਾਸ ਕੀਤਾ ਕਿਉਂਕਿ ਇੱਕ ਜਵਾਨ ਪੁੱਤ ਦੀ ਮੌਤ ਹੋ ਜਾਣੀ ਔਰ ਉਹ ਹੀ ਜਿਹਦਾ ਵਿਆਹ ਰੱਖਿਆ ਹੋਇਆ ਹੋਵੇ ਇਹ ਉਹਦੇ ਮਾਂ ਪਿਓ ਹੀ ਜਾਣਦੇ ਨੇ ਕਿ ਉਹਨਾਂ ਨੂੰ ਕਿੰਨਾ ਦੁੱਖ ਸੀ ਹੁਣ ਕਾਂਗਰਸ ਨੇ ਇੱਕ ਗਾਣਾ ਕੱਢਿਆ 골ਡ ਵਰਗਾ 골ਡੀ ਜਾਂ 골ਡੀ ਵਰਗਾ 골ਡ ਕੁਛ ਇਦਾਂ ਦਾ ਗੀਤ ਔਰ ਉਸ ਗੀਤ ਦੇ ਵਿੱਚ ਇਹਨਾਂ ਨੇ ਕੀਤਾ ਕਿ ਉਹਦੇ ਵਿੱਚ ਸਿੱਧੂ ਮੂਸੇਵਾਲਾ ਦੀ ਜਿਹੜੀ ਮਰਤਕ ਦੇਹ ਹੈ ਉਹ ਵਿਖਾਈ ਤੇ ਉਹਦੀ ਮੜੀ ਦਿਖਾਈ ਗਾਣੇ ਦੇ ਵਿੱਚ ਕੀ ਕਾਂਗਰਸ ਦਾ ਜਿਹੜਾ ਉਹ ਇਹਨਾਂ ਦਿਵਾਲਾ ਨਿਕਲ ਚੁੱਕਿਆ ਹੋਇਆ ਕਿਉਂ ਇਹ ਇਸ ਚੀਜ਼ ਦੇ ਨਾਮ ਦੇ ਉੱਤੇ ਵੋਟਾਂ ਮੰਗ ਰਹੀ ਹੈ ਗਾਣੇ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਹੋਇਆ ਪਰਿਵਾਰ ਦੀ ਕੀ ਸਿਚੁਏਸ਼ਨ ਰਹੀ ਹੋਊਗੀ ਜਿਨ੍ਹਾਂ ਨੂੰ ਇਹ ਕਹਿਣਾ ਪੈ ਗਿਆ ਕਿ ਸਾਡੇ ਪੁੱਤ ਦੇ ਨਾਮ ਦੇ ਉੱਤੇ ਰਾਜਨੀਤੀ ਨਾ ਕੀਤੀ ਜਾਵੇ ਔਰ ਇਹ ਕਹਿਣਾ ਪੈ ਗਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਸਿੱਧੂ ਮੂਸੇਵਾਲੇ ਦਾ ਨਾਮ ਕੋਈ ਸਿਆਸੀ ਪਾਰਟੀ ਜਿਹੜੀ ਆ ਕਿਸੇ ਵੀ ਤਰੀਕੇ ਦੇ ਨਾਲ ਵਰਤੇ ਇਹ ਵੀ ਉਸ ਪਰਿਵਾਰ ਦੀ ਸਿਆਣਪ ਕਹੀ ਜਾ ਸਕਦੀ ਹੈ ਨਹੀਂ ਤਾਂ ਅਗਲੇ ਦਿਨਾਂ ਦੇ ਦੌਰਾਨ ਪਤਾ ਨਹੀਂ ਇਹਨਾਂ ਨੇ ਹੋਰ ਕੀ ਕੁਝ ਉਹਦੇ ਬਾਰੇ ਦੇ ਵਿੱਚ ਬੋਲ ਦੇਣਾ ਸੀ ਕਹਿ ਦੇਣਾ ਸੀ 23 ਤਰੀਕ ਨੂੰ ਜਦੋਂ ਵੋਟਾਂ ਪੈ ਜਾਣਗੀਆਂ ਤੁਸੀਂ ਦੇਖਣਾ ਇਹਨਾਂ ਦੇ ਵਿੱਚੋਂ ਸਿਆਸਤਦਾਨਾਂ ਦੇ ਵਿੱਚੋਂ ਪਰਿਵਾਰ ਦੇ ਨਾਲ ਖੜਨ ਵਾਲਾ ਕੋਈ ਵੀ ਨਹੀਂ ਲੱਭਣਾ ਇਹਨਾਂ ਨੇ ਕਿਸੇ ਨੇ ਉਸ ਪਰਿਵਾਰ ਦੇ ਵਾਸਤੇ ਨਹੀਂ ਖੜਨਾ ਉਹ ਪਰਿਵਾਰ ਆਪ ਹੀ ਭੁਗਤੂਗਾ ਜਿਹਦੇ ਉੱਤੇ ਇੰਨੀ ਵਿਚਾਰੇ ਤੇ ਪੈ ਗਈ ਹੋਈ ਐ ਇਹਨਾਂ ਕੋਈ ਕਸਰ ਨਹੀਂ ਛੱਡੀ ਕਿ ਕਿਸੇ ਤਰੀਕੇ ਦੇ ਨਾਲ ਉਸ ਮੌਤ ਨੂੰ ਪਨਾਇਆ ਜਾ ਸਕੇ ਉਦ ਵੈਸੇ ਜੇ ਇਸੇ ਚੀਜ਼ ਦੇ ਉੱਤੇ ਗੱਲ ਕਰਨੀ ਹੋਵੇ ਕਿ ਪੰਜਾਬ ਦੇ ਵਿੱਚ ਕਦੋਂ-ਕਦੋਂ ਜਿਹੜੀਆਂ ਉਹ ਲਾਸ਼ਾਂ ਦੇ ਉੱਤੇ ਜਿਹੜੀ ਸਿਆਸਤ ਹੋਈ ਐ ਇਹਦਾ ਬੜਾ ਲੰਮਾ ਚੌੜਾ ਇਤਿਹਾਸ ਹੈ ਬਹੁਤ ਲੰਬੇ ਸਮੇਂ ਤੱਕ ਇਹਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ ਘੰਟਿਆਂ ਵੱਧੀ ਇਹਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ ਪਾਤਰ ਸਾਹਿਬ ਦੀ ਇੱਕ ਕਵਿਤਾ ਹੈ ਕਿ ਤੁਸੀਂ ਵੋਟਾਂ ਗਿਣੋ ਮੈਂ ਲਾਸ਼ਾਂ ਗਿਣਦਾ ਇਹ ਉਹੋ ਜਿਹੇ ਹਾਲਾਤ ਜਿਹੜੇ ਇਹ ਸਿਆਸੀ ਤਰ੍ਹਾਂ ਪੈਦਾ ਕਰਕੇ ਆਪਣੀ ਸਿਆਸਤ ਕਰਨੀ ਚਾਹੁੰਦੀਆਂ ਹੁਣ ਇਹਦੇ ਉੱਤੇ ਕਿਸੇ ਨੇ ਜਵਾਬ ਨਹੀਂ ਦੇਣਾ ਕਾਂਗਰਸ ਨੇ ਜਵਾਬ ਨਹੀਂ ਦੇਣਾ ਕਿ ਉਹਦੇ ਪਰਿਵਾਰ ਨੂੰ ਉਹਦੀ ਨੌਬਤ ਕਿਉਂ ਆਈ ਇਹ ਗੱਲ ਕਹਿਣ ਦੇ ਵਾਸਤੇ ਕਿ ਸਾਡੇ ਪੁੱਤ ਦੇ ਨਾਮ ਦੇ ਉੱਤੇ ਰਾਜਨੀਤੀ ਨਾ ਕਰੋ ਚਲੋ ਇਹ ਉਹ ਸਮਾਂ ਨਿਗਾ ਜਦੋਂ ਆਪਾਂ ਵੀ ਇਹਦੇ ਉੱਤੇ ਹੋਰ ਫਰਦਰ ਉਸ ਪਰਿਵਾਰ ਦੇ ਬਾਰੇ ਦੇ ਵਿੱਚ ਗੱਲ ਕਰੀਏ ਨਹੀਂ ਤਾਂ ਆਦਰਵਾਇਜ਼ ਕਿਸੇ ਟਾਈਮ ਇਹ ਚੀਜ਼ਾਂ ਸਾਹਮਣੇ ਆ ਜਾਣੀਆਂ ਨੇ ਕਿ ਸਿੱਧੂ ਮੂਸੇਵਾਲਾ ਕੀ ਸਿਆਸਤ ਦੇ ਵਿੱਚ ਆਪ ਆਉਣਾ ਚਾਹੁੰਦਾ ਸੀ ਜਾਂ ਉਹਨੂੰ ਕਿਸੇ ਅ ਵਿਸ਼ੇਸ਼ ਮਜਬੂਰੀ ਦੇ ਤਹਿਤ ਲਿਆਂਦਾ ਗਿਆ ਉਹਦੇ ਉੱਤੇ ਪ੍ਰੈਸ਼ਰ ਪਾ ਕੇ ਲਿਆਂਦਾ ਗਿਆ ਕੀ ਹੋਇਆ ਕੀ ਨਹੀਂ ਹੋਇਆ ਉਹ ਅਜੇ ਬਹੁਤਾ ਪਾਰਟ ਨਹੀਂ ਗਾ ਹਾਂ ਇਹ ਪਾਰਟ ਜ਼ਰੂਰ ਹੈਗਾ ਕਿ ਉਹ ਚਿਹਰੇ ਸਾਹਮਣੇ ਆਉਣੇ ਚਾਹੀਦੇ ਆ ਜਿਹੜੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਨੇ ਜੀ ਸ਼ਾਰਪ ਛੂਟਰ ਨਹੀਂ ਜਿਹੜੇ ਕਤਲ ਦੇ ਜਿਹੜੇ ਉਹ ਪਿੱਛੇ ਨੇ ਉਹ ਕਿਹੜੇ ਚਿਹਰੇ ਨੇ ਉਹਨਾਂ ਦੀ ਗੱਲ ਨਹੀਂ ਕੋਈ ਕਰ ਰਿਆ ਇਹ ਨਹੀਂ ਇਹ ਨਹੀਂ ਕਰ ਰਹੇ ਕਿ ਉਹ ਗੋਲਡੀ ਬਰਾੜ ਜਿਹੜਾ ਕੈਨੇਡਾ ਦੇ ਵਿੱਚ ਬੈਠਾ ਉਹਨੂੰ ਇੱਥੇ ਕਿਵੇਂ ਲੈ ਕੇ ਆਉਣਾ ਉਹਦਾ ਐਕਸਟਰੈਡੀਸ਼ਨ ਦੇ ਵਿੱਚ ਕੋਈ ਪਾਰਟੀ ਜਿਹੜੀ ਆ ਵਿਰੋਧੀ ਧਿਰ ਗੱਲ ਨਹੀਂ ਕਰ ਰਹੀ ਜਿਹੜਾ ਲੋਰੈਂਸ ਬਿਸ਼ਨੋਈ ਆ ਉਹ ਉਹਦਾ ਜਿਹੜਾ ਮਿਲੇ ਪੰਜਾਬ ਪੁਲਿਸ ਨੂੰ ਰਿਮਾਂਡ ਇਹਦੀ ਕੋਈ ਗੱਲ ਪਾਰਟੀ ਨਹੀਂ ਕਰ ਰਹੀ ਕਿਉਂਕਿ ਉਹਦੇ ਵਿੱਚੋਂ ਇਹਨਾਂ ਨੂੰ ਕੁਝ ਮਿਲਣਾ ਨਹੀਂ ਇਹਨਾਂ ਨੇ ਤਾਂ ਇੱਕ ਰਾਜਨੀਤੀ ਕਰਨੀ ਆ ਇੱਕ ਭਾਵਕ ਕਰਨਾ ਜਿਹੜਾ ਉਹ ਲੋਕਾਂ ਨੂੰ ਔਰ ਪਰਿਵਾਰ ਨੇ ਇੱਕ ਵਾਰੀ ਫੇਰ ਸਹੀ ਸਮੇਂ ਦੇ ਉੱਤੇ ਸਹੀ ਗੱਲ ਕੀਤੀ ਆ ਪਹਿਲਾਂ ਉਹਨਾਂ ਨੇ ਜਿਹੜੀ ਉਹ ਚੋਣਾਂ ਦੇ ਵਿੱਚ ਨਾ ਖੜਨ ਦੀ ਗੱਲ ਕੀਤੀ ਸੀ ਜੀ ਤੇ ਹੁਣ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੇ ਪੁੱਤ ਦਾ ਨਾਮ ਸਿਆਸਤ ਦੇ ਵਿੱਚ ਨਾ ਘੜੀਸਿਆ ਜਾਵੇ ਆਈ ਥਿੰਕ ਜੇ ਕਿਤੇ ਨਾ ਕਿਤੇ ਅਜੇ ਵੀ ਕਾਂਗਰਸ ਇਸ ਮਾਮਲੇ ਨੂੰ ਸਮਝ ਲਵੇ ਤੇ ਉਹਦੇ ਵਾਸਤੇ ਇਹ ਚੰਗੀ ਗੱਲ ਹੈ ਕਿ ਉਹ ਮੁੱਦਿਆਂ ਦੇ ਉੱਤੇ ਰਾਜਨੀਤੀ ਕਰੇ ਆ ਇਉਂ ਮਰਤਕ ਦੇਹਾਂ ਦੇ ਉੱਤੇ ਰਾਜਨੀਤੀ ਨਾ ਕਰੇ